इतनी काज नहीं की चाहिए। हां जी हूं तुसी की आदुश दा समझ नो मैं गल मैं हुंदे नाल हां जी गल होई उस तिन सेट कीता नाल हां जी ਕਿਵੇਂ ਹਾਂ ਤੁਸੀਂ ਰਲ ਕੇ ਆਇਆ ਤੇ ਸਵਾਈ ਬਣਾਈ ਜੋੜੀ ਗੱਡੀ ਕੀਤੀ ਕਰਤੀ ਮੈਂ ਕਾਸ਼ ਖੁਲਾ ਕੇ ਹੋ ਰਹਾ ਆ ਤੈਨੂੰ ਦੱਸੇ ਗੱਲ ਨਹੀਂ ਮਾਰ ਸਾਹਿਬ ਵੇਖੋ ਤੁਸੀਂ ਖਰਚਾ ਵੀ ਕੀਤਾ 40,000 ਤੁਸੀਂ ਖਰਚਾ ਕਰ 30,000 ਤੇਰਾ ਖਰਚਾ ਮੈਂ ਕੀਤਾ ਤੂੰ ਬੋਰੀ ਤੁਸੀਂ 40,000 ਤੂੰ ਖਰਚਾ ਕੀਤਾ 90,000 ਖਰਚਾ ਮੈਂ ਕੀਤਾ 51,000 ਖਰਚਾ ਉਸ ਨਦੀਮ ਕੀਤਾ ਤੇਰਾ 30,000 ਤੇਰਾ ਕਾਢ ਕੇ ਨਾ ਮੈਂ ਕੱਲ 90,000 ਖਰਚਾ ਮੈਂ ਕੀਤਾ ਮੇਰੇ ਸਾਰੇ ਹਿਸਾਬ ਤੇ ਵੇਖ ਲਵਿਆ ਤੇ ਮੇਰਾ 30,000 ਤੂੰ ਬਣਦਾ ਵੀ ਹੈ ਠੀਕ ਨਾ 35,000 ਰੁਪਏ ਇਸ ਜਨਾਬ ਜੀ ਆਪਣਾ ਫਾਇਦਾ ਚਾਵਣ ਵਾਸਤੇ ਤੇਰੀ ਕਣਕ ਰੱਖ ਲਈ ਤੇਰਾ ਬਹੁਤ ਪਤਾ ਭਾਈ ਸਰਾਖ ਲੈ ਉਹ ਕਹਿੰਦੇ ਕੋਲ ਸਾਡੇ ਮਿਹਨਤ ਸੇ ਰੁਪਈਆ ਨਹੀਂ ਦਿੱਤਾ ਮੈਨੂੰ ਮਜਬੂਰੀ ਆਈ ਮੇਰੇ ਖੁਦਾ ਦੇ ਗਾਰਡ ਦੇ ਬਿਮਾਰ ਮੈਂ ਤੇਰੇ ਕੋਲ ਜਾ ਕੇ ਮੈਂ ਤਰਲੇ ਤੇਰੇ ਮਿੰਤਾ ਤਰਲੇ ਕੀਤੀਆਂ ਇਹ ਦੇਵੀ ਕੀਤੀਆਂ ਤੂੰ ਇਹਨੂੰ ਫੋਨ ਕਰਕੇ ਆਖਿਆ ਫਿਆ ਨੂੰ ਪੈਸੇ ਦੇ ਤੂੰ ਮੈਨੂੰ ਸੇ ਡੇਰੀ ਟਾਈਮ ਤੇ ਆਖਿਆ ਤੇ ਮੈਨੂੰ ਬਣਾ ਕੇ ਦੇ ਤੇ ਮੈਂ ਤੇਰੇ ਲੈ ਨਾ ਕਰ ਸਕਦਾ ਹਾਂ ਉਹਨੂੰ ਦੇਖੋ ਉਸੇ ਤਲਾ ਜਾਵੀਂ ਤੇ ਮਿਲਾ ਜਾਵੀਂ ਉਹ ਮਾਰ ਸਾਹਿਬ ਮੇਰੇ ਸੁਣ ਗੱਲ ਇੱਕ ਮੇਰੇ ਦਿਲ ਦੇ ਮੁਨਾਫਤ ਕੋਈ ਨਹੀਂ ਮੇਰੇ ਦਿਲ ਦੀ ਦੁਆ ਮੇਰੇ ਆਪ ਦੇ ਤੇ ਅਸੀਂ ਗੱਲ ਹੀ ਕਰਨੀ ਆਈ ਤੇ ਮੈਂ ਦਿੱਲੀ ਇਹਨੂੰ ਯਾ ਸਮਾਂ ਮੈਂ ਜੇ ਦੇਵਣਾ ਜਾਣਨਾ ਜਾਣਨਾ ਮੈਨੂੰ ਇੱਕ ਦੱਸ ਵੀ ਮੇਰੇ ਦਿਲ ਤੂੰ ਚਵਾ ਲਈ ਤਾਂ ਮੈਂ ਐਡਾ ਰੋਲਾ ਐਡੀ ਬੁੱਤੀ ਭਰੀ ਮੈਂ ਕਾਹ ਹੀ ਨਹੀਂ ਆ ਜਿਵੇਂ ਵਧਾ ਰਹਾ ਸੀ ਹੋਰ ਆ ਗਿਆ ਹਿਸਾਬ ਨਾ ਕੀ ਕਰੇ ਸੀ ਮਾਰ ਸਾਹਿਬ ਮੈਂ ਸੋਹਣੀ ਗੱਲ ਤੂੰ ਥੋੜੀ ਬਾਝ ਲਾ ਜੀ ਥੋੜੀ ਬਚਣਾ ਇੱਕ ਮੋੜ ਮੇਰੀ ਸੋਹਣੇ ਗੱਲ ਮੇਰੇ ਦਿਲ ਮੇਰਾ ਸੱਚ ਕਹਣਾ ਨੇ ਬਲਿੰਦਾ ਉਸੇ ਹੋਰਾਂ ਮੇਰੀ ਸੋਹਣੇ ਗੱਲ ਮਾਰ ਸਾਹਿਬ ਅਸਾਂ ਬੰਦੇ ਹੋਰ ਲੈਂਦੇ ਅਸਾਂ ਬੰਦਾ ਜੇ ਚੰਗਾ ਨਾ ਚੰਗਾ ਟੁਰਦੇ ਮਾੜਾ ਤੇ ਮਾੜਾ ਵੀ ਹੋ ਜਾਂਦੇ ਲੇਕਿਨ ਗੱਲ ਮੈਂ ਮਾੜਾ ਕੀਤਾ ਮੈਨੂੰ ਤੂੰ ਇੱਕ ਮਿੰਟ ਭਾਈ ਤੂੰ ਗੱਲ ਸੁਣ ਮੇਰੀ ਜੀ ਜੀ ਤੁਹਾਡੇ ਨਾਲ ਧੱਕੇ ਖਾ ਦੇਣ ਬਿਲਕੁਲ ਖਾ ਦੇਣ राख रखी मैं राख पानी लवाई दिन रात मैं दुकान छड़ के काम करना इस किता तू अपनी अखी ना इस बंदे कद कहीं नपी आई ਨਹੀਂ ਤੇ ਮੇਰੇ ਤੂੰ ਆਪ ਤੂੰ ਤੂੰ ਇਨਸਾਫ ਕਰ ਤੇ ਮੈਂ ਰਾਹ ਕਿਵੇਂ ਕੰਮ ਕਰੈਂਦਾ ਹਾਂ ਨਹੀਂ ਮੈਂ ਨਿਬੇੜ ਲੈਣਾ ਮੈਂ ਹੁਣ ਜਿਹੜਾ ਨਾ ਹੁਣ ਵਾਖਿਆ ਅੱਜ ਕੱਲ ਦੇ ਵਿੱਚ ਨਹੀਂ ਹੁੰਦਾ ਤੇ ਮੈਂ ਆ ਜਾਵਣਾ ਠੀਕ ਹੈ ਦੂਸਰੀ ਗੱਲ ਇਹ ਕਿ ਵੇਖੋ ਹੁਣ ਲੱਖ ਇਸ ਦਿੱਤਾ ਲੱਖ ਮੈਂ ਦਿੱਤਾ ਲੇਕਿਨ ਤੂੰ ਸਾਨੂੰ ਜ਼ਮੀਨ ਨਹੀਂ ਦਿੱਤੀ ਤੂੰ ਇਹ ਇਸ ਆਪਣਾ ਲੱਖ ਕੱਢ ਲਿਆ ਰਾਹ ਮੈਂ ਦੇਵਣਾ ਦੇ ਛੱਡੇ ਮੈਂ ਤੁਹਾਨੂੰ ਪਹਿਲੇ ਪੈਸੇ ਦਿੱਤੀ ਵਧਾ ਦੇ ਮੈਂ ਉਹਨੂੰ ਦਮੀ ਨਾਲ ਖੁਦਾ ਦੀ ਕਸਮ ਕੋਈ 20 ਕਾਲ ਕੀਤੀ ਮੇਰੇ ਇੱਕ ਫੋਨ ਉਚਾਇਆ ਗੱਲ ਕਰੀ ਬਾਈ ਨਾਲ ਗੱਲ ਕਰੀ ਵਾਲੇਕੁਮ ਅਸਲਾਮ ਬਾਈ ਕੀ ਨਾਮ ਹੈ ਤੁਹਾਡਾ ਸ਼ਾਇਦ ਤੁਸੀਂ ਮੈਨੂੰ ਜਾਣਦੇ ਹੋ ਤਾਲਬ ਹੁਸੈਨ ਦੀ ਤਾਲਬ ਹੁਸੈਨ ਬਾਈ ਤੁਸੀਂ ਅੱਜ ਸ਼ਾਮੀ ਟਾਈਮ ਕੱਢ ਲਓ ਤਾਂ ਸਵੇਰ ਨੂੰ ਟਾਈਮ ਕੱਢ ਲਓ ਤਾਂ ਤੇ ਮੈਂ ਆਪਣੇ ਵਾਲਦ ਸਾਹਿਬ ਨਾਲ ਗੱਲ ਕਰਾਂਗਾ ਵੀ ਇੰਜਨ ਕਰਕੇ ਇਹਨਾਂ ਦਾ ਰੋਲਾ ਨਵੇੜ ਸਾਡਾ ਹੈਗਾ ਨਦੀਮ ਹਮਸਾਇਆ ਤੇ ਦੇਖਦੇ ਹਾਂ ਉਹ ਤੇਰਾ ਪੀਟਰ ਕਿਵੇਂ ਚੱਕ ਕੇ ਲੈ ਕੇ ਆਇਆ ਤੇ ਜਾਂ ਉਹਦੇ